ਬਹੁਤ ਸਿੱਧੀ ਜੀ ਗੱਲ ਆ, ਬੈਠਣਾ ਕਿਵੇਂ ਆ, ਕਿਉਂ ਲੱਤ 'ਤੇ ਲੱਤ ਧਰ ਕੇ ਬੈਠਣਾ ਕਿਸੇ ਵੀ ਮੁੰਡੇ ਮਰਦ ਆਪਣੇ ਸਾਰਿਆਂ ਦੇ ਲਈ ਮਾੜਾ ਹੈਗਾ। ਜਿਹੜੇ ਬੰਦੇ ਦੇ ਪ੍ਰੋਡਕਟੀਵਿਟੀ ਔਰਗਨਸ ਹੈ ਮੈਡੀਕਲ ਸਾਇੰਸ ਵਾਲਿਆਂ ਦੇ ਮੁਤਾਬਕ ਜੀ, ਸਰੀਰ ਦੇ ਤੁਹਾਡੇ ਇਹਨਾਂ ਭਾਗਾਂ ਦਾ ਟੈਂਪਰੇਚਰ ਡਾਊਨ ਰਹਿਣਾ ਚਾਹੀਦਾ। ਹਾਂਜੀ, ਪੂਰੇ ਸਰੀਰ ਦੇ ਨਾਲ ਜੇ ਟੈਂਪਰੇਚਰ ਘੱਟ ਰਹੂਗਾ ਜੰਮੂਗਾ ਤਾਂ ਆ ਵੀ ਜੇ ਉਹ 'ਚ ਠੰਡ ਹੋਊਗੀ ਚੀਜ਼ ਜੰਮੇਗੀ, ਜਦੋਂ ਗਰਮੀ ਰਹੇਗੀ ਠੀਕ ਆ ਨਾ, ਘੁੱਟਣ ਹੋ ਗਈ, ਗਰਮੀ ਹੋ ਗਈ, ਟੈਂਪਰੇਚਰ ਵੱਧ ਗਿਆ ਤਾਂ ਉਹ ਪਤਲਾ ਹੋਏਗਾ ਠੀਕ ਆ ਨਾ, ਨਾੜਾਂ ਦਾ ਜਿਹੜਾ ਫਲੋ ਵਿਗੜ ਜੂਗਾ, ਪ੍ਰੈਸ਼ਰ ਵਧੂਗਾ ਸੱਚ ਠੀਕ ਆ ਨਾ। ਸਾਨੂੰ ਤੁਹਾਨੂੰ ਠੰਡ ਚਾਹੀਦੀ, ਆਰਾਮ ਨਾਲ ਕਹਿੰਦੇ ਠੰਡੇ ਮਤੇ, ਉਹਨਾਂ ਨੂੰ ਦਾਬ ਨਹੀਂ ਆਉਣੀ ਚਾਹੀਦੀ। ਅਸੀਂ ਐਂ ਕਰਾਂਗੇ ਤਾਂ ਹੌਲੀ ਹੌਲੀ ਸਾਡੇ ਕੋਲੋਂ ਉਹ ਜਿਹੜੇ ਇੱਕ ਬੰਦੇ ਹੋਣ ਦੇ ਇੱਕ ਜਿਹੜੇ ਪਲੱਸ ਪੁਆਇੰਟ ਹੁੰਦੇ ਨੇ ਮਰਦ ਹੋਣ ਦੇ, ਜਾਂ ਜਿਹੜੀ ਸਾਨੂੰ ਕੁਦਰਤ ਨੇ ਚੀਜ਼ ਦਿੱਤੀ ਅਸੀਂ ਉਹ ਤੋਂ ਖੁਸ ਜਾਂਦੇ ਹਾਂ, ਉਹਦਾ ਹੌਲੀ ਹੌਲੀ ਇਫੈਕਟ ਪੈਂਦਾ ਪੈਂਦਾ ਕਿੱਥੇ ਪੈ ਜਾਂਦਾ ਤੁਹਾਨੂੰ ਪਤਾ ਹੀ ਆ, ਕਿੱਥੇ ਪੈਂਦਾ ਬਾਅਦ 'ਚ ਜਾ ਕੇ। ਮਰਦ ਦੀ ਮਰਦ ਹੋਣਾ ਖੂਬਸੂਰਤੀ, ਉਹਨੂੰ ਬਰਕਰਾਰ ਰੱਖਣਾ ਅੱਜ ਦੇ ਨੌਜਵਾਨ। ਹਾਂ ਵੀ ਮੁੜ ਕੇ IVF ਸੈਂਟਰਾਂ 'ਚ ਤੁਰੇ ਫਿਰੋਗੇ, ਉਹਦੇ ਨਾਲ ਤਾਂ ਚੰਗਾ ਵੀ ਪਹਿਲਾਂ ਬੰਦੇ ਵਾਂਗੂ ਬਹਿ ਜਾਓ, ਬੰਦੇ ਵਾਂਗੂ ਬਹਿ ਜਾਓ ਭਾਜੀ, ਜਦੋਂ ਬੰਦੇ ਵਾਂਗੂ ਬੰਦਾ ਬਹਿ ਗਿਆ ਅੱਧੀ ਚੀਜ਼ ਉਦੋਂ ਹੀ ਕਵਰ ਹੋ ਜਾਂਦੀ ਬੰਦੇ ਦੀ। ਇਹ ਤਰੀਕਾ ਬੀਬੀ ਦੇ ਬਹਿਣ ਦਾ, ਇਹ ਤਰੀਕਾ ਬੀਬੀ ਦੇ ਬਹਿਣ ਦਾ, ਬੀਬੀ ਦੇ ਬਹਿਣ ਦਾ, ਮਰਦ ਐ ਨਹੀਂ ਬਹਿੰਦਾ, ਬਹਿਣ ਦਾ ਸਹੀ ਢੰਗ ਜਿਹੜਾ ਆਹ ਮਰਦਾਂ ਨੇ ਤਣਕੇ ਬਹਿਣਾ ਜੀ, ਹਮੇਸ਼ਾ ਤਣਕੇ ਵੀ ਏਦਾਂ ਨੀ ਵੀ ਹੁਣ ਵੀ ਆਕੜ ਹੀ ਕਰੀ ਜਾਣੀ ਹੈ, ਮਰਦ ਹੋਣਾ ਆਪਣੇ ਆਪ 'ਚ, ਇਹ ਨਹੀਂ ਵੀ ਲੜ ਲਾਂ ਕਿਸੇ ਨਾ, ਤਬੀਅਤ ਉੱਦਾਂ ਦੀ ਹੋ ਜਾਣੀ ਵੀ ਆ ਤਣਕੇ ਬਹਿਣਾ। ਅਤੇ ਦੂਜਾ ਰੀੜ ਦਾ ਜਿਹੜਾ ਫਲੋ ਆ ਬਾਬਾ ਬਾਈ ਜੀ, ਵੀ ਆਹ ਜਦੋਂ ਆਪਾਂ ਝਕਾਲਾਂਗੇ ਤਾਂ ਸਰਵਾਈਕਲ ਦੀ ਪ੍ਰੋਬਲਮ ਰਹੇਗੀ ਸਾਨੂੰ, ਜਿਹੜਾ ਐਂ ਬੈਠਣਾ ਐਂ ਬੈਠਾਂਗੇ ਮੋਬਾਈਲ 'ਤੇ, ਮੋਬਾਈਲ 'ਤੇ ਐਂ ਬੈਠਾਂਗੇ, ਉਹ ਆਪਾਂ ਨੂੰ ਸਰਵਾਈਕਲ ਦੀ ਦਿੱਕਤ ਰਹੇਗੀ। ਪੁਰਾਣੇ ਬੰਦੇ ਤਾਂ ਤੋਰ ਤੋਂ ਹੀ ਦੱਸ ਦਿੰਦੇ ਨਾ, ਆਪਾਂ ਬੈਦਾਂ ਦਾ ਸੁਣਿਆ ਐਂ ਕਹਿੰਦੇ, ਇਹ ਤਾਂ ਤੋਰ ਤੋਂ ਹੀ ਦੱਸ ਦੇਈਦਾ, ਉਹ ਗੱਲਾਂ ਐਂ ਨਹੀਂ ਨਿਕਲੀਆਂ, ਉਹ ਸੱਚੀ ਦੱਸ ਦਿੰਦੇ ਸੀ, ਇਹ ਤਾਂ ਹੁਣ ਆਪਾਂ ਉਹੀ ਬਣਾ ਲਏ, ਅਸੀਂ ਤਾਂ ਤੋਰ ਦੇ ਕੇ ਦੱਸ ਦਿੰਦੇ, ਅਸੀਂ ਨਹੀਂ ਕੋਈ ਦੱਸ ਦਿੰਦੇ, ਅੱਜ ਦਿਆਂ ਨੂੰ ਨਹੀਂ ਪਤਾ, ਪੁਰਾਣੇ ਤੋਰ ਦੇ ਕੇ ਦੱਸ ਦਿੰਦੇ ਸੀ ਕਿੰਨੀ ਮਾਰਦਾ। ਤੁਹਾਡੀ ਤੋਰ ਘੱਟੋ ਘੱਟ ਮੈਂ ਕਹਿਣਾ ਚਲੋ ਨਾ ਗੱਗੂ ਗਿੱਲ ਦੇ ਨੇੜੇ ਹੋਵੇ, ਪਰ 50% ਦਾ ਹੋਵੇ ਨਾ ਵੀ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਅੱਜ ਯਾਰ ਗੱਲ ਬਹੁਤ ਹੀ ਜ਼ਰੂਰੀ ਵਿਸ਼ੇ 'ਤੇ ਕਰਨੀ ਆ। ਵਿਸ਼ੇ 'ਤੇ ਕਿਵੇਂ? ਬਹੁਤ ਘੱਟ ਗੱਲਾਂ ਹੁੰਦੀਆਂ ਜਦੋਂ ਕੋਈ ਤੁਹਾਨੂੰ ਮੈਡੀਕਲ ਸਾਇੰਸ ਦਾ ਬੰਦਾ ਅਤੇ ਆਯੁਰਵੇਦ ਨਾਲ ਸੰਬੰਧ ਰੱਖਣ ਵਾਲਾ ਬੰਦਾ ਸੇਮ ਜੀ ਗੱਲ ਕਹੇ। ਮੇਰੇ ਨਾਲ ਇਹ ਹੋਇਆ, ਮੇਰੇ ਦੋਸਤ ਆ ਡਾਕਟਰ ਸਵੈਮਾਨ ਸਿੰਘ, ਉਹਨਾਂ ਨੇ ਮੈਨੂੰ ਇੱਕ ਵਾਰੀ, ਮੈਂ ਬੈਠਾ ਸੀ ਲੱਤ 'ਤੇ ਐਂ ਲੱਤ ਧਰ ਕੇ, ਅਤੇ ਉਹਨਾਂ ਨੇ ਮੈਨੂੰ ਟੋਕਿਆ, ਕਹਿੰਦੇ ਐਂ ਨਹੀਂ ਬਹਿਣਾ। ਸਾਡੇ ਹੁਣ ਪਿਆਰੇ ਵੈਦ ਜੀ, ਆਪਾਂ ਸਾਰੇ ਇਹਨਾਂ ਨੂੰ ਜਾਣਦੇ ਹਾਂ, ਕੈਮਰੇ ਵਾਲੇ ਵੀਰ ਨੂੰ ਕਹੂੰਗਾ ਬੜਾ ਪਿੱਛੇ ਨਾ ਜਾਈ ਵੀਰੇ, ਥੱਲੇ ਵੀ ਜਾ ਸਕਦਾ ਹਨਾ, ਪਿੱਛੇ ਹਾਂ ਪਿੱਛੇ ਨਾ ਹੋ ਇੰਨਾ ਤਾਂ। ਚਲੋ, ਬਹੁਤ ਘੱਟ ਗੱਲਾਂ ਹੁੰਦੀਆਂ ਜੀ ਤੇ ਮੈਡੀਕਲ ਸਾਇੰਸ ਤੇ ਆਯੁਰਵੇਦ ਸਹਿਮਤ ਹੁੰਦਾ। ਮੇਰੇ ਦੋਸਤ ਆ ਡਾਕਟਰ ਸਵੈਮਾਨ ਸਿੰਘ, ਉਹਨਾਂ ਨੇ ਮੈਨੂੰ ਰੋਕਿਆ ਇੱਕ ਵਾਰੀ, ਕਹਿੰਦੇ ਵੀ ਐਂ ਨਹੀਂ ਬਹਿਣਾ। ਮੈਂ ਠੀਕ ਆ ਜੀ। ਵੈਦ ਜੀ ਆਯੁਰਵੇਦ ਦੇ ਐਕਸਪਰਟ ਹੈ, ਇਹਨਾਂ ਨੇ ਵੀ ਮੈਨੂੰ ਇੱਕ ਗੱਲ ਕਹੀ, ਪਰਸੋਂ ਚੌਥੇ ਦੀ ਗੱਲ ਆ ਹਨਾ, ਆਪਾਂ ਚੰਡੀਗੜ੍ਹ ਵਿੱਚ ਉੱਥੇ ਦੀ ਹਨਾ, ਅਸੀਂ ਕੌਫੀ ਪੀ ਜਾਂਦੇ ਸੀ ਬੈਠੇ, ਇਹ ਬਾਬਾ ਜੀ ਨੇ ਨਹੀਂ ਪੀਤੀ, ਮੈਂ ਪੀ ਰਿਹਾ ਸੀ ਅਤੇ ਐਂ ਬੈਠਾ ਮੈਂ, ਅਤੇ ਇਹ ਕਹਿੰਦੇ ਵੀ ਐਂ ਨਹੀਂ ਰਹਿਣਾ। ਉਹ ਤੋਂ ਬਾਅਦ ਮੈਂ ਇੱਕ ਗੱਲ ਸਮਝ ਆਈ ਵੀ ਯਾਰ ਇਹ ਗੱਲ ਬਹੁਤ ਜ਼ਰੂਰੀ ਆ, ਇਹਨੂੰ ਸਹਿਜਤਾ ਦੇ ਨਾਲ ਉਹੀ ਨਹੀਂ ਛੱਡਿਆ ਜਾ ਸਕਦਾ। ਮੈਂ ਗੱਲ ਸਮਝੀ, ਬਾਬਾ ਜੀ ਜਦੋਂ ਦੀ ਤੁਸੀਂ ਸਮਝਾਈ ਹੈ, ਕਈ ਵਾਰੀ ਨਾ ਰਾਤ ਨੂੰ 2-3 ਵਾਰੀ ਮੇਰੀ ਜਾਗ ਖੁੱਲੀ, ਅਤੇ ਜੇ ਮੇਰੇ ਲੱਤ ਵੀ ਐਂ ਹੋਵੇ
ਤੇ ਬਾਬਾ ਜੀ ਮੈਂ ਐਂਖ ਪੈ ਜਾਂਦਾ। ਠੀਕ ਆ, ਹੁਣ ਮੇਰੇ ਇੰਨਾ ਦਿਮਾਗ ਚ ਵੜ ਗਈ ਇਹ ਗੱਲ। ਤੇ ਆਪਾਂ ਲੋਕਾਂ ਨੂੰ ਵੀ ਇਹ ਗੱਲ ਸਮਝਾਉਣੀ ਆ ਵੀ ਇੱਕ ਬਹੁਤ ਸਿੱਧੀ ਜੀ ਗੱਲ ਆ, ਬੈਠਣਾ ਕਿਵੇਂ ਆ, ਕਿਉਂ ਲੱਤ ਤੇ ਲੱਤ ਧਰ ਕੇ ਬੈਠਣਾ ਕਿਸੇ ਵੀ ਮੁੰਡੇ ਮਰਦ ਆਪਣੇ ਸਾਰਿਆਂ ਦੇ ਲਈ ਮਾੜਾ ਹੈਗਾ। ਬੀਬੀਆਂ ਲਈ ਨਹੀਂ ਮਾੜਾ, ਬੰਦਿਆਂ ਲਈ ਕਿਉਂ ਮਾੜਾ? ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ। ਬਾਬਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੂਤ ਹਾਂ ਹਾਂ ਹਣਾ ਓਕੇ ਆ, ਮੌਸਮ ਵਧੀਆ, ਮੌਸਮ ਤਾਂ ਕਿਰਪਾ ਤਾਂ ਪੂਰੀ ਆ ਜੀ, ਵਧੀਆ ਠੰਡ ਪੈ ਰਹੀ ਆ। ਤੇ ਆਪਾਂ ਗੱਲ ਕਰਨੀ ਹੈ ਬੈਠਣ ਤੇ, ਜਿਵੇਂ ਉਹਦੇ ਆਪਣੀ ਗੱਲ ਹੋਈ ਸੀ ਹਨਾ, ਕਿਉਂਕਿ ਜਿਵੇਂ ਮੈਂ ਕਿਹਾ ਨਾ ਵੀ ਬਹੁਤ ਘੱਟ ਗੱਲਾਂ ਹੁੰਦੀਆਂ ਜੀ, ਦੋ ਥਿਊਰੀਜ਼ ਇੱਕ ਰੈਸਟ ਦੀ ਹਨਾ। ਅਸੀਂ ਅਕਸਰ ਸਾਇੰਸ ਤੇ ਆਯੁਰਵੇਦ ਨੂੰ ਅਲੱਗ ਅਲੱਗ ਦੇਖਦੇ ਹਾਂ ਦੇਖਦੇ ਹਾਂ ਹਨਾ, ਅਕਸਰ ਹੁੰਦੇ ਚੰਬਾ ਜਿਹਾ ਹੀ ਆ ਵੀ ਜਿਵੇਂ ਦੋ ਨਦੀ ਦੇ ਕਿਨਾਰੇ ਮਿਲ ਜਾਣ, ਜਿਹੜੇ ਕਦੇ ਮਿਲਦੇ ਤਾਂ ਨਹੀਂ, ਜਿਹੜੇ ਕਦੇ ਮਿਲਦੇ ਮਿਲ ਜਾਂਦੇ ਕਦੇ। ਚਲੋ ਉਹ ਗੱਲ ਇਦਾਂ ਹੈ ਬਾਈ ਜੀ ਵੀ ਵੀ ਆਪਾਂ ਮਰਦਾਂ ਦੀ ਗੱਲ ਹੀ ਕਰਦੇ ਸੀ ਵੀ ਜਿਹੜਾ ਵੀ ਸਿੰਘਾਂ ਦੀ ਸ਼ੈਲੀ ਆ, ਮਰਦਾਂ ਦੀ ਸ਼ੈਲੀ ਆ ਨਾ, ਮੇਲ ਫਾਰਮ ਕਹਿ ਸਕਦੇ ਹਾਂ ਆਪਾਂ ਆਦਮੀ ਆ, ਉਹਨਾਂ ਲਈ ਵੀ ਜਿਵੇਂ ਲੱਤ ਤੇ ਲੱਤ ਧਰ ਕੇ ਬਹਿਣਾ ਇਹ ਹਸ਼ਾ ਨਹੀਂ ਹੁੰਦਾ। ਠੀਕ ਹੈ, ਹੈ ਨਾ ਜੀ। ਇਹ ਉਹਦਾ ਜਿਹੜਾ ਅਸੀਂ ਕਾਰਨ ਤੁਹਾਨੂੰ ਦੱਸਦੇ ਹਾਂ, ਉਹ ਕਾਰਨ ਇਹ ਹੈ ਕਿ ਜਦੋਂ ਆਪਾਂ ਲੱਤ ਤੇ ਲੱਤ ਧਰ ਕੇ ਬਾਬਾ ਜੀ ਬੈਠ ਜਾਂਦੇ ਹਾਂ, ਹਾਂ, ਕੁਛ ਚੀਜ਼ਾਂ ਨਾ ਇੱਦਾਂ ਸਾਈਕੋਲੋਜੀ ਵਰਕ ਕਰਦੀਆਂ ਨੇ। ਠੀਕ ਹੈ ਜੀ। ਜਿਵੇਂ ਕਿ ਇੱਕ ਆਮ ਬਜ਼ੁਰਗ ਹੈ, ਆਪਾਂ ਦੇਖਦੇ ਸੀ ਪੁਰਾਣੇ ਵੇਲਿਆਂ ਚ ਨਾ, ਉਹ ਹੱਥ ਇੱਕ ਸੋਟਾ ਲੈ ਕੇ ਤੁਰਿਆ ਕਰਦੇ ਸੀ। ਹਾਂਜੀ, ਤੁਰਦੇ ਸੀ। ਲੋੜ ਕੀ ਆ ਸੋਟੇ ਦੀ, ਮੰਮੀ ਤਾਂ ਤੁਰਿਆ ਹੀ ਜਾਂਦਾ। ਹਾਂਜੀ ਬਾਬਾ ਜੀ, ਹਨਾ, ਜਵਾਨੀ ਚ ਉਹਨਾਂ ਨੇ ਸੋਟਾ ਲੈ ਕੇ ਤੁਰਨਾ, ਚਲੋ ਬੜੇਪੇ ਤਾਂ ਬੰਦਾ ਲਾਠੀ ਆਸਰਾ ਲੈਂਦਾ, ਲੇਕਿਨ ਆਪਾਂ ਜਵਾਨ ਵੇਖੇ ਨੇ, ਸਿੰਘ ਵੀ ਵੇਖੇ ਨੇ, ਸੋਟਾ ਲੈ ਕੇ ਤੁਰਨਾ। ਸਾਡੇ ਸਤਿਗੁਰੂ ਜੀ ਸੋਟਾ ਲੈ ਕੇ ਤੁਰਿਆ ਕਰਦੇ ਸੀ। ਠੀਕ ਹੈ ਜੀ। ਦਸੇ ਪਾਤਸ਼ਾਹੀ ਆਪਣੇ ਨਾਲ ਸਲੋਤਰ ਰੱਖਿਆ ਕਰਦੇ ਸੀ ਸੋਟਾ, ਉਹ ਤਖ਼ਤ ਹਜ਼ੂਰ ਸਾਹਿਬ ਅੱਜ ਪਿਆ ਵੀ ਹੈ, ਉੱਥੇ ਦਰਸ਼ਨ ਵੀ ਹੋ ਜਾਂਦੇ ਨੇ। ਹੋਰ ਇੱਦਾਂ ਦੀਆਂ ਕਈ ਸਾਖੀਆਂ ਨੇ, ਜਿਵੇਂ ਅੱਠਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੇ ਛੜੀ ਰੱਖੀ ਸੀ ਗੂੰਗੇ ਤੇ ਬੁਲਾਉਣ ਲਈ, ਛੜੀ ਰੱਖਦੇ ਸੀ ਕੋਲ, ਉਹ ਇੱਕ ਸਿੰਬੋਲਿਕ ਹੁੰਦਾ ਕਿ ਉਹ ਛੜੀ ਦਾ ਮਤਲਬ ਕੀ ਹੈ ਕਿ ਕੰਟਰੋਲ ਤੁਹਾਡੇ ਹੱਥ 'ਚ ਹੈ, ਕਮਾਂਡ ਕਮਾਂਡ ਤੁਹਾਡੇ ਹੱਥ 'ਚ ਹੈ, ਕੰਮ ਤਾਂ ਜਿਹੜੀ ਆ ਜਾਣੀ ਆ ਹੀ ਜਾਣੀ ਆ, ਵੀ ਕਦੇ ਕੋਈ ਜਾਨਵਰ ਪੈ ਗਿਆ ਜਾਂ ਕੁਛ ਉਰੇ ਪਰੇ ਕਰਨਾ ਪੈ ਗਿਆ, ਉਹ ਇੱਕ ਵੱਖਰਾ ਵਿਸ਼ਾ, ਪਰ ਉਹਦਾ ਇੱਕ ਸਿੰਬੋਲਿਕ ਜਿਹੜਾ ਉਹਦਾ ਜਿਹੜਾ ਹੈਗਾ ਕਿ ਇੱਕ ਉਹਦਾ ਵਿਅੰਗ ਹੈ ਕਿ ਉਹ ਹੈ ਕਿ ਉਹ ਤੁਹਾਡੇ ਕੰਟਰੋਲ ਤੁਹਾਡੇ ਹੱਥ 'ਚ ਹੈ। ਤੇ ਬਜ਼ੁਰਗ ਦੱਸਦੇ ਹੀ ਸਾਨੂੰ, ਬਜ਼ੁਰਗਾਂ ਨੇ ਟੋਕਿਆ ਜੀ ਸਾਨੂੰ, ਫਿਰ ਉਹ ਕਹਿੰਦੇ ਵੀ ਐਂ, ਕਹਿੰਦੇ ਵੀ ਜਨਾਨੀਆਂ ਬਹਿੰਦੀਆਂ ਨੇ, ਮਰਦਾਂ ਹੀ ਨਹੀਂ ਬਹਿੰਦੇ। ਹੁਣ ਅਸੀਂ ਇਸ ਗੱਲ 'ਚ ਕਿਤੇ ਵੀ ਬੀਬੀਆਂ ਨੂੰ ਕੋਈ ਮਾੜਾ ਨਹੀਂ ਕਹਿ ਰਹੇ, ਉਹਨਾਂ ਦਾ ਮੁਦਰਾ ਇੱਕ ਆਪਦਾ ਇੱਕ ਸਰੀਰ ਦਾ ਸਟਰਕਚਰ ਹੈ ਤੇ ਉਹਦਾ ਸਤਕਾਰ ਮੁਦਰਾ ਹੈ ਵੀ ਇਹ ਤਰੀਕਾ ਬੀਬੀ ਦੇ ਬਹਿਣ ਦਾ, ਹਾਂ ਇਹ ਤਰੀਕਾ ਬੀਬੀ ਦੇ ਬਹਿਣ ਦਾ, ਬੀਬੀ ਦੇ ਬਹਿਣ ਦਾ, ਮਰਦਾਂ ਨਹੀਂ ਬਹਿੰਦਾ। ਠੀਕ ਆ ਨਾ ਜੀ, ਬਾਕੀ ਸਮਝਦਾਰ ਸਮਝ ਜਾਂਦੇ ਆ ਕਿ ਟੈਂਪਰੇਚਰ ਦਾ ਵੱਧ ਘੱਟ ਹੋ ਜਾਣਾ। ਨਹੀਂ ਨਹੀਂ, ਆਪਾਂ ਮੈਂ ਇਹ ਸੋਚ ਪਹਿਲਾਂ ਕਰਾਂ, ਆਪਾਂ ਖੁੱਲ੍ਹ ਕੇ ਗੱਲ ਕਰਦੇ ਹਾਂ, ਆਪਾਂ ਜਿਹੜੇ ਸਾਡੇ ਬੰਦਿਆਂ ਦੇ, ਮੈਂ ਤੁਹਾਡੀ ਬੋਲੀ ਚ ਪ੍ਰਜਨਨ ਦੇ ਅੰਗ ਆ, ਹਨਾ ਹਨਾ ਜੀ ਜੀ, ਜਿਹੜੇ ਬੰਦੇ ਦੇ ਲਈ ਪ੍ਰੋਡਕਟਿਵਿਟੀ ਦੇ ਜਿਹੜੇ ਆਰਗਨਸ ਆ, ਉਹਨਾਂ ਨੂੰ ਇਹ ਦਾਬ ਨਹੀਂ ਆਣੀ ਚਾਹੀਦੀ। ਹਾਂ ਠੀਕ ਆ ਨਾ ਜੀ, ਵੀ ਉਹ ਜਿਵੇਂ ਵੀ ਖੁੱਲੀ ਜਿਵੇਂ ਮਰਦਾਂ ਤਣ ਕੇ ਖੜਦਾ, ਇਹ ਮਰਦ ਦਾ ਖੜਨਾ, ਸਿੰਘਾਂ ਦਾ ਖੜਨਾ, ਯੋਧਿਆਂ ਦਾ, ਵੀ ਜਿਹੜੇ ਲੜਾਕੇ ਨੇ ਵੀ ਮਰਦ ਹੋਣਾ ਆਪਣੇ ਆਪ ਚ, ਇਹ ਨੀ ਵੀ ਲੜ ਲਾਂ ਕਿਸੇ ਨਾ, ਤਬੀਅਤ ਓਦਾਂ ਦੀ ਹੋ ਜਾਣੀ ਵੀ ਤਣ ਕੇ ਬਹਿਣਾ। ਠੀਕ ਆ ਨਾ, ਇੱਕ ਬੜੇ ਐ ਝੁੱਕ ਕੇ ਬਹਿਣਾ, ਬੜੀ ਹਲੀਮੀ ਚ ਬਹਿਣਾ, ਇਹ ਇੱਕ ਸਾਧੂ ਦੀ ਇੱਕ ਇਸਤਰੀ ਦੀ ਮੁਦਰਾ ਹੁੰਦੀ ਆ, ਹਲੀਮੀ ਚ ਬਹਿਣਾ। ਤਣਕੇ ਬਹਿਣਾ ਇਹ ਯੋਧਿਆਂ ਦੀ ਛਤਰੀਆਂ ਦੀ ਮੁਦਰਾ ਹੁੰਦੀ ਹੈ। ਠੀਕ ਹੈ ਨਾ, ਇਹ ਤਾਂ ਹੋ ਗਿਆ ਥੱਲੋਂ ਲੱਤ ਨੂੰ ਆਪਾਂ ਚਲੋ ਹੁਣ ਵੱਖਰਾ ਕੀਤਾ, ਉਸ ਤੋਂ ਬਾਅਦ ਹੁਣ ਰੀੜ ਤੇ ਆ ਜਾਈਏ ਆਪਾਂ, ਜਦੋਂ ਆਪਾਂ ਐਂ ਬੈਠੇ ਹਾਂ। ਠੀਕ ਹੈ ਨਾ, ਇੱਕ ਸਾਧੂ ਧਿਆਨ ਚ ਬੈਠਾ ਹੈ ਜਾਂ ਬਹੁਤ ਵਡੇਰੇ ਸਮੇਂ ਤੋਂ ਬੈਠਾ, ਉਹਦੀ ਮੁਦਰਾ ਹੋਰ ਹੈ, ਪਰ ਇੱਕ ਆਮ ਬੰਦੇ ਜਿਵੇਂ ਅੱਜ ਕੱਲ੍ਹ ਬੱਚੇ ਵੇਖਦੇ ਹਾਂ ਜਾਂ ਆਪਾਂ ਆਮ ਹੀ ਸਾਰੇ ਵੀ ਆਪਣੇ ਝੁਕਾਏ ਆ ਰੀੜ ਚ। ਠੀਕ ਹੈ ਨਾ,
ਇਹ ਵੈਸੇ ਇੱਕ ਸਿੰਬੋਲਿਕ ਜਿਹੜਾ ਬੰਦੇ ਦੀ ਢੈਂਡੀ ਕਲਾ ਦਾ ਪ੍ਰਤੀਕ ਹੈ, ਧਿਆ ਹੋਇਆ ਬੰਦਾ ਧੌਣ ਸਿੱਟ ਕੇ ਬੈਠਾ, ਠੀਕ ਆ ਨਾ, ਜਦ ਅਸੀਂ ਚੱਕਾਂਗੇ ਨੀ ਧੌਣ ਤਣ ਕੇ ਕਿਵੇਂ ਰਹਾਂਗੇ, ਜਿਹੜਾ ਮਰਦ ਹੈ ਜਾਂ ਛੱਤਰੀ ਹੈ ਸਿੰਘ ਹੈ ਉਹ ਤਣ ਕੇ ਰਹਿੰਦਾ ਜੀ। ਅੱਛਾ ਮੈਂ ਇੱਕ ਗੱਲ ਬੜੀ, ਕਿਉਂਕਿ ਇਹ ਪਲੀਜ਼ ਇਹ ਤੇ ਮੈਂ ਲਿਖੂੰਗਾ ਵੀ ਇਹ ਸਿਰਫ 18 ਪਲੱਸ ਵਾਸਤੇ ਆ। ਹਾਂ ਲਿਖ ਦਿਓ, ਆਪਾਂ ਹੀ ਲਿਖ ਦਈਏ। ਹਾਂ ਲਿਖ ਦਿਓ ਤੁਸੀਂ। ਸ਼ਬਦ ਹੀ ਇਹੋ ਜਿਹਾ ਬਾਬਾ, ਜਦੋਂ ਕਹਿ ਨਾ ਮਰਦਾ ਹੈ ਮਿੰਦਾ ਫਿਰ, ਹਾਂ ਹੁਣ ਤਾਂ ਆਪਾਂ, ਮੈਂ ਧੌਣ ਟੁੱਟ ਜੇ ਧੌਣ ਚ ਸਰੀਆ ਨਾ ਹੁਣ ਧੌਣ ਚ ਗਿੱਲਾ ਹੈ ਜਿੰਨ ਕੇ ਵੀ ਕਰ ਨਹੀਂ ਬਾਬਾ ਜੀ, ਨੀਵੀ ਪੈਂਦੀ ਕਿਸੇ ਪਾਸੇ ਨਹੀਂ ਪੈਂਦੀ ਨਾ। ਪੁਰਾਣੇ ਵੀਰ ਕਹਿੰਦਾ ਵੀ ਇਹਦੀ ਧੌਣ ਚ ਕਿੱਲਾ ਹੈ, ਉਹ ਇਹੀ ਕਿੱਲਾ ਹੈ, ਤਣ ਕੇ ਰਹਿਣਾ ਵੀ, ਝੁਕਣਾ ਨੀ ਕਿਸੇ ਅੱਗੇ, ਠੀਕ ਹੈ ਨਾ ਜੀ। ਇਹ ਕੋਈ ਮਾੜੀ ਗੱਲ ਨੀ, ਇਹ ਆਪਣੀ ਇੱਕ ਜਿਵੇਂ ਕਹਿ ਲਓ ਕਿ ਇਹ ਇੱਕ ਬੇਸਿਕ ਚੀਜ਼ ਹੈ ਕਿ ਇਹ ਆਪਣੇ ਸਰੀਰ ਦੀ ਪ੍ਰਕਿਰਿਆ, ਜੇ ਆਪਾਂ ਇੱਦਾਂ ਨਹੀਂ ਕਰਾਂਗੇ। ਹੁਣ ਇਹ ਗੱਲ ਆਪਾਂ ਮੰਨ ਲਈ ਛੱਡੋ ਵੀ ਇਹ ਜੇ ਮਰਦਾਂ ਦੀ ਗੱਲ ਹੈ, ਸਭ ਕੁਛ ਛੱਡ ਦਿਓ, ਅਸੀਂ ਐਂ ਕਰਾਂਗੇ ਤਾਂ ਹੌਲੀ ਹੌਲੀ ਸਾਡੇ ਕੋਲੋਂ ਉਹ ਜਿਹੜੇ ਇੱਕ ਬੰਦੇ ਹੋਣ ਦੇ ਇੱਕ ਜਿਹੜੇ ਪਲੱਸ ਪੁਆਇੰਟ ਹੁੰਦੇ ਨੇ ਮਰਦ ਹੋਣ ਦੇ, ਜਾਂ ਜਿਹੜੀ ਸਾਨੂੰ ਕੁਦਰਤ ਨੇ ਚੀਜ਼ ਦਿੱਤੀ ਅਸੀਂ ਉਹ ਤੋਂ ਖੁਸ਼ ਜਾਂਦੇ ਹਾਂ, ਉਹਦਾ ਹੌਲੀ ਹੌਲੀ ਇਫੈਕਟ ਪੈਂਦਾ ਪੈਂਦਾ ਕਿੱਥੇ ਪੈ ਜਾਂਦਾ ਤੁਹਾਨੂੰ ਪਤਾ ਹੀ ਆ, ਕਿੱਥੇ ਪੈਂਦਾ ਬਾਅਦ 'ਚ ਜਾ ਕੇ ਜਦੋਂ ਬੰਦੇ ਐਂ ਢਿੱਲੇ ਹੋ ਜਾਂਦੇ ਨੇ ਥੱਲੇ ਨੂੰ, ਆ ਉਹਨਾਂ ਨੇ ਮੌਰ ਸਿੱਟੇ ਨੇ, ਤਾਂ ਹੌਲੀ ਹੌਲੀ ਉਹਨਾਂ ਦੀ ਜਿਹੜੀ ਉਹਨੂੰ ਕੀ ਕਹਿੰਦੇ ਇੱਕ ਤਾਬੀਅਤ ਹੈ ਉਹ ਵਿਗੜ ਜਾਂਦੀ ਹੈ। ਉਹ ਜਦੋਂ ਤਾਬੀਅਤ ਵਿਗੜ ਗਈ ਫਿਰ ਰਿਸ਼ਤਿਆਂ 'ਚ ਖਟਾਸ ਪੈਣੀ ਸ਼ੁਰੂ ਹੋ ਜਾਂਦੀ, ਕਿਉਂਕਿ ਹੁਣ ਇੱਕ ਇਸਤਰੀ ਹੈ, ਹੁਣ ਇਸਤਰੀ ਇਸਤਰੀਆਂ ਦਾ ਕੰਮ ਨਹੀਂ ਕਰੂਗੀ ਤਾਂ ਆਪਾਂ ਮੱਥੇ 'ਤੇ ਹਾਥੀ ਮਾਰਨਾ। ਜੇ ਹੁਣ ਇਸਤਰੀ ਤਣ ਕੇ ਬੈਠੇ ਤਾਂ ਸਾਨੂੰ ਵੀ ਤਾਂ ਅਜੀਬ ਲੱਗੂ, ਅਜੀਬ ਲੱਗਦਾ ਹੈ ਨਾ। ਫਿਰ ਇਸਤਰੀ ਤਣ ਕੇ ਵੀ ਇਸਤਰੀ ਇਸਤਰੀ ਵਾਲੇ ਕੰਮ ਨਾ ਕਰੇ, ਜੋ ਕੁਦਰਤ ਨੇ ਇਸਤਰੀ ਨੂੰ ਕਰਨ ਲਈ ਸਾਜਿਆ ਹੈ, ਇਸਤਰੀ ਇੱਕ ਆਪਦਾ ਕੰਮ ਕਰਦੀ ਹੈ ਸਮਾਜ 'ਚ, ਮਰਦ ਆਪਦਾ ਕੰਮ ਕਰਦਾ ਹੈ। ਆਪਾਂ ਤਾਂ ਕਿਸੇ ਨੂੰ ਵੀ ਦੋਨਾਂ 'ਚੋਂ ਨੀਵਾਂ ਜਾਂ ਚੰਗਾ ਹਾਂ ਹੈ ਹੀ ਨਹੀਂ। ਇਹ ਬਾਬਾ ਜੀ ਦੋ ਨਦੀ ਦੇ ਕਿਨਾਰੇ ਨੇ, ਜੇ ਪਰਲਾ ਕਿਨਾਰਾ ਤੋੜਤਾ ਪਾਣੀ ਉਹਨੂੰ ਚਲ ਜੂ, ਇੱਧਰਲਾ ਤੋੜਤਾ ਇੱਧਰ ਨੂੰ ਚਲ ਜੂ, ਇਹ ਦੋਹਾਂ ਦੀ ਇੰਪੋਰਟੈਂਸ ਇੱਕੋ ਜੀ ਹੈ, ਹਨਾ ਜੀ। ਪਰ ਉਹ ਵੀ ਕਦੇ ਮਰਦ ਕਹਿੰਦੇ ਕਿ ਮੈਂ ਇਸਤਰੀ ਦੇ ਬਰਾਬਰ ਹੋਣਾ, ਇਸਤਰੀ ਵਰਗਾ ਬਣਨਾ, ਕਦੇ ਨਹੀਂ ਕਹਿੰਦਾ। ਕੁਦਰਤ ਨੇ ਜਿੱਦਾਂ ਜੇ ਇਸ ਨੂੰ ਸਾਜਿਆ ਹੈ, ਉਹ ਹੁਣ ਇਸਤਰੀ, ਹੁਣ ਜਿਹੜਾ ਯੋਧਾ ਇੱਕ ਮਰਦ ਨੂੰ ਮਰਦ ਤਾਂ ਉਹਦੀ ਮਾਂ ਬਣਾਉਂਦੀ ਹੈ ਨਾ, ਉਹਨੂੰ ਸ਼ਿਕਸ਼ਾ ਉਦਾਂ ਦੀ ਦਿੰਦੀ ਹੈ ਸ਼ੁਰੂ 'ਚ ਹੁੰਦਿਆਂ ਹੀ। ਆਪਾਂ ਸਾਰੇ ਇੱਦਾਂ ਹੀ ਪੜ੍ਹੇ ਆਪਣੀਆਂ ਮਾਵਾਂ ਦੇ ਕੋਲੋਂ, ਸਿੰਘਾਂ ਦੀਆਂ ਕਹਾਣੀਆਂ ਸੁਣ ਕੇ ਜਾਂ ਆਪਣੇ ਪੰਜਾਬ ਦੇ ਜਿਹੜੇ ਯੋਧੇ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਆਪਾਂ ਜੰਮੇ ਪਲੇ ਹਾਂ, ਅਣਖਾਂ ਦੀਆਂ ਗੱਲਾਂ ਸੁਣ ਕੇ ਆਪਾਂ ਜੰਮੇ ਪਲੇ ਹਾਂ, ਹਨਾ ਜੀ। ਵੀ ਆਪਾਂ ਕੁਛ ਹੋਰ ਨੀ, ਆਪਾਂ ਪੋਇਮਸ ਨੀ ਸੁਣੀਆਂ, ਜਿੰਗਲ ਬੈਲ ਵਾਲੀਆਂ, ਵੀ ਅਸੀਂ ਤਾਂ ਮਰਦਾਂ ਦੀਆਂ ਕਹਾਣੀਆਂ ਸੁਣੀਆਂ ਨੇ ਤੇ ਆਪਣੇ ਪੰਜਾਬ ਮਾਈਆਂ ਸੁਣਾਉਂਦੀਆਂ ਨੇ। ਉਹ ਕੀ, ਉਹ ਮਾਈ ਦਾ ਕੰਮ ਹੈ ਬੱਚੇ ਦੇ ਕੰਨ 'ਚ ਉਹ ਗੱਲ ਪਾਣੀ, ਜੇ ਉਹ ਕੰਮ ਨਾ ਕਰਦੀ ਤਾਂ ਅਸੀਂ ਅੱਜ ਇੱਦਾਂ ਦੇ ਨਾ ਹੁੰਦੇ। ਜਦੋਂ ਇਸਤਰੀ ਇਸਤਰੀ ਹੋਣਾ ਛੱਡ ਦੂਗੀ, ਮਰਦ ਮਰਦ ਹੋਣਾ ਛੱਡ ਦੂਗਾ, ਤਾਂ ਸਮਾਜ ਦੀ ਜਿਹੜੀ ਅਰਥ ਵਿਵਸਥਾ ਨਾ ਉਹ ਸਾਰੀ ਪਲਟ ਜੂਗੀ। ਅੱਛਾ ਹੁਣ ਆਪਾਂ ਇੱਥੇ ਦੁਬਾਰੇ ਥੋੜਾ ਜਿਹਾ ਆਉਣੇ ਆ, ਮੰਨ ਲਓ ਐਂ ਬੈਠੇ ਆ ਜੀ ਜੀ, ਜਿਹੜੇ ਬੰਦੇ ਦੇ ਪ੍ਰੋਡਕਟਿਵਿਟੀ ਆਰਗਨਸ ਆ, ਹਾਂਜੀ, ਮੈਂ ਸੁਣਿਆ ਜਿਵੇਂ ਸਵੈਮਾਨ ਹਨਾ ਮੈਡੀਕਲ ਸਾਇੰਸ ਵਾਲਿਆਂ ਦੇ ਮੁਤਾਬਕ ਜੀ, ਸਰੀਰ ਦੇ ਤੁਹਾਡੇ ਇਹਨਾਂ ਭਾਗਾਂ ਦਾ ਟੈਂਪਰੇਚਰ ਡਾਊਨ ਰਹਿਣਾ ਚਾਹੀਦਾ, ਹਾਂਜੀ, ਪੂਰੇ ਸਰੀਰ ਦੇ ਨਾਲੋਂ, ਹਾਂ ਹਾਂ, ਹਨਾ। ਜਿਹੜੇ 'ਚ ਉਹ ਕਈ ਲੋਕ ਤਾਂ ਇਹਨੂੰ ਗਾ ਕਹਿੰਦੇ ਆ, ਮੈਨੂੰ ਨਹੀਂ ਪਤਾ, ਉਹ ਕਹਿੰਦੇ ਤੁਹਾਡੇ ਸਪਰਮ ਕਾਊਂਟ ਤੱਕ ਇਹਦਾ ਅਸਰ, ਉਹੀ ਉਹੀ ਆ ਭਾਜੀ, ਉਹ ਇਦਾਂ ਵਾ ਕਿ ਜੇ ਟੈਂਪਰੇਚਰ ਘੱਟ ਰਹੂਗਾ ਜੰਮੂਗਾ ਤਾਂ ਆ ਵੀ ਜੇ ਉਹ 'ਚ ਠੰਡ ਹੋਊਗੀ ਚੀਜ਼ ਜੰਮੇਗੀ, ਜਦੋਂ ਗਰਮੀ ਰਹੇਗੀ ਠੀਕ ਆ ਨਾ, ਘੁੱਟਿਆ ਘੁੱਟਣ ਹੋ ਗਈ, ਗਰਮੀ ਹੋ ਗਈ, ਟੈਂਪਰੇਚਰ ਵੱਧ ਗਿਆ ਤਾਂ ਉਹ ਪਤਲਾ ਹੋਏਗਾ, ਠੀਕ ਆ ਨਾ, ਨਾੜਾਂ ਦਾ ਜਿਹੜਾ ਫਲੋ ਵਿਗੜ ਜੂਗਾ, ਪ੍ਰੈਸ਼ਰ ਵਧੂਗਾ, ਠੀਕ ਆ ਨਾ। ਸਾਨੂੰ ਤੁਹਾਨੂੰ ਠੰਡ ਚਾਹੀਦੀ, ਆਰਾਮ ਨਾਲ ਕਹਿੰਦੇ ਠੰਡੇ ਮਤੇ ਸਹਿਜਤਾ, ਆਪਾਂ ਗੱਲ ਕਰ ਰਹੇ ਹਾਂ ਪੁਰਾਣੇ ਬੰਦੇ ਪੇਸ਼ੈਂਸ ਸੀ,
ਉਹ ਜਦੋਂ ਆਪਾਂ ਉਹ ਬਣਾਉਣ ਦੀ ਗੱਲ ਕਰ ਰਹੇ ਸੀ ਕੋਕੇ ਜੜੇ ਸੀ ਨਾ ਜਿੱਥੇ ਸਾਜ ਦੀ ਗੱਲ ਕਰਦੇ ਤੁਸੀਂ ਇੱਕ ਇੱਕ ਪੇਸ਼ੈਂਸ ਦੀ ਮੈਂ ਕਹਿੰਦਾ ਸਾਜ ਤਾਂ ਨਾ ਕੋਈ ਸਾਜ ਗਿਆ ਸੀ ਯਾਰ ਰਫਲ ਦੀ ਗੱਲ ਕਰ ਮੈਂ ਰਫਲ ਦੀ ਗੱਲ ਕਰਦਾ ਸੀ ਵੀ ਸਾਡੇ ਪਿੰਡ ਨਾ ਇੱਕ ਬਾਬਾ ਜੀ ਸੀਗੇ ਉਹ ਇੰਨੇ ਸ਼ਾਨਦਾਰ ਮਿਸਤਰੀ ਸੀ ਵੀ ਉਹਨਾਂ ਨੇ ਰਫਲ ਤੇ ਕੋਕੇ ਜੜ ਜੜ ਕੇ ਉਹ ਪਹਿਲਾਂ ਨੂੰ ਵੱਧ ਚਾਲਾਂ ਬਦਲੀਆਂ ਤੇ ਉਹ ਫਿਰ ਆਪਾਂ ਨੂੰ ਕਰ ਦਿੰਦੀ ਖਰਾਬ ਤੇ ਦੂਜਾ ਰੀੜ ਦਾ ਜਿਹੜਾ ਫਲੋ ਆ ਬਾਬਾ ਬਾਈ ਜੀ ਵੀ ਆਹ ਜਦੋਂ ਆਪਾਂ ਝਕਾਲਾਂਗੇ ਤਾਂ ਸਰਵਾਈਕਲ ਦੀ ਪ੍ਰੋਬਲਮ ਰਹੇਗੀ ਸਾਨੂੰ ਜਿਹੜਾ ਐ ਬੈਠਾਂਗੇ ਮੋਬਾਈਲ ਤੇ ਐ ਬੈਠਾਂਗੇ ਉਹ ਆਪਾਂ ਨੂੰ ਸਰਵਾਈਕਲ ਦੀ ਦਿੱਕਤ ਰਹੇਗੀ ਜਦੋਂ ਸਰਵਾਈਕਲ ਦੀ ਦਿੱਕਤ ਆਈ ਫਿਰ ਤਾਂ ਬਹਿਣ ਦਾ ਸਹੀ ਢੰਗ ਜਿਹੜਾ ਆਹ ਬਹਿਣ ਦਾ ਹਾਂਜੀ ਮਤਲਬ ਕਿ ਜਦੋਂ ਵੀ ਬਹਿਣਾ ਜੀ ਗੁਰੂ ਘਰਾਂ ਜਿਵੇਂ ਆਪਾਂ ਬਹਿੰਦੇ ਆ ਚੌਂਕੜੀ ਵੀ ਜੇ ਮਾਰਨੀਏ ਤਾਂ ਤਣਕੇ ਬਹਿਣਾ ਮਰਦਾਂ ਨੇ ਤਣਕੇ ਬਹਿਣਾ ਜੀ ਹਮੇਸ਼ਾ ਤਣਕੇ ਵੀ ਏਦਾਂ ਨੇ ਵੀ ਹੁਣ ਵੀ ਆਕੜੀ ਕਰੀ ਜਾਣੀ ਹੈ ਵੀ ਤਣਕੇ ਤਾਂ ਮੈਂ ਜੇ ਮੰਨ ਲਓ ਅਸੀਂ ਗੁਰੂ ਘਰ ਵੀ ਬੈਠੇ ਹਾਂ ਤਾਂ ਦੇਖੋ ਐਂ ਬੈਠੇ ਹਾਂ ਤੁਸੀਂ ਆ ਤਣੇ ਹੋਏ ਹੋ ਤੇ ਪਰ ਐਂ ਬੈਠੇ ਹੋ ਐਂ ਵੀ ਤਣਕੇ ਤੁਸੀਂ ਬੈਠੇ ਹੋ ਪਰ ਫਿਰ ਇੱਕ ਅੱਖਾਂ 'ਚ ਨਿਮਰਤਾ ਹੈ ਕਿਉਂਕਿ ਸਤਿਗੁਰਾਂ ਅੱਗੇ ਬੈਠੇ ਹੋ ਆਪਣੇ ਵੱਡੇ ਅੱਗੇ ਬੈਠੇ ਹੋ ਜੇ ਕਿਸੇ ਵੱਡੇ ਅੱਗੇ ਵੀ ਬੈਠੇ ਹੋ ਮੇਰੇ ਖਿਆਲ 'ਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਇੱਕ ਬਹੁਤ ਬੈਲੈਂਸ ਜੀ ਅਵਸਥਾ ਜਿਹੜੀ ਬਹਿਣ ਦੀ ਹਾਂਜੀ ਹਾਂਜੀ ਜਿਹਦੇ 'ਚ ਨਾ ਤਾਂ ਤੁਸੀਂ ਬੜੇ ਆਕੜੇ ਹੋ ਤੇ ਨਾ ਹੀ ਝੁਕੇ ਹੋ ਭਾਜੀ ਇਹੀ ਬਾਈ ਜੀ ਜਿਹੜੀ ਗੱਲ ਹੁਣ ਤੁਸੀਂ ਬੈਲੈਂਸ ਸ਼ਬਦ ਜਿਹੜਾ ਲਿਆਣਾ ਸੰਤੁਲਨ ਹੀ ਚੀਜ਼ ਹੈ ਹਰ ਇੱਕ ਚੀਜ਼ ਦਾ ਜਿਹੜੀ ਜੜ ਉਹ ਸੰਤੁਲਨ ਹੈ ਜਦੋਂ ਅਸੀਂ ਸੰਤੁਲਨ ਤੋਂ ਇੱਧਰ ਉੱਧਰ ਹੋ ਗਏ ਉਦੋਂ ਖਤਮ ਹੋ ਗਈ ਖੇਡ ਸਾਰੀ ਪੂਰੀ ਪ੍ਰਕਿਰਤੀ ਈਵਨ ਕਿ ਗੁਰਬਾਣੀ ਸਾਨੂੰ ਸੰਤੁਲਨ ਹੋਣਾ ਸਿਖਾਉਂਦੀ ਹੈ ਮਹਾਰਾਜ ਕਹਿੰਦੇ ਦੁੱਖ ਸੁੱਖ ਦੋ ਸਮ ਕਰ ਜਾਣੇ ਜਗ ਤੇ ਰਹੇ ਨਿਰਾਸਾ ਬਾਣੀ ਕਹਿੰਦੀ ਆ ਮਹਾਰਾਜ ਕਹਿੰਦੇ ਆ ਕਿ ਸੁੱਖ ਤੇ ਦੁੱਖ ਇੱਕੋ ਜਿਹੀ ਜਾਣਦਾ ਸਹੀ ਹੈ ਨਾ ਉਹ ਹੱਸਦਾ ਨਾ ਰੋਂਦਾ ਇੱਕ ਬਿਲਕੁਲ ਇੱਕ ਸ਼ਾਂਤ ਮੁਦਰਾ 'ਚ ਬੈਠਾ ਉਹ ਸੱਤ ਚਿੱਤ ਆਨੰਦ ਰੂਪ ਹੈ ਵੀ ਉਹਨੂੰ ਜੇ ਕੋਈ ਆ ਕੇ ਮਾੜੀ ਖਬਰ ਦੇ ਦਿੱਤੀ ਉਹ ਕ੍ਰੋਧ ਨਹੀਂ ਹੋਇਆ ਉਹਨੂੰ ਚੰਗੀ ਦੇ ਦਿੱਤੀ ਉਹ ਖੁਸ਼ ਵੀ ਨਹੀਂ ਹੋਇਆ ਉਹ ਸਥਿਰ ਬੈਠਾ ਸਥਿਰ ਕੀ ਹੈ ਬੈਲੈਂਸ ਹੈ ਬਹੁਤ ਸਹੀ ਆਪਣੀ ਜਿਹੜੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਵੀ ਬਹੁਤ ਜ਼ਿਆਦਾ ਖੁਸ਼ੀ ਵੀ ਨਹੀਂ ਹੋ ਜਾਣਾ ਤੇ ਬਹੁਤ ਦੁਖੀ ਵੀ ਨਹੀਂ ਹੋ ਜਾਣਾ ਬਿਲਕੁਲ ਇੱਕ ਇੱਕ ਸਟੇ ਉਹ ਇਹ ਅਭਿਆਸ ਦਾ ਧਿਆਨ ਦੀ ਕਰਿਆ ਵੀ ਆਰਾਮ ਦੇ ਨਾਲ ਵੀ ਜਿਵੇਂ ਬੁੱਧ ਵੀ ਹੈ ਨਾ ਵੀ ਮੁਸਕਰਾ ਵੈਸੇ ਇੱਕ ਹਲਕੀ ਜਿਹੀ ਮੁਸਕਰਾਹਟ ਹੈ ਵੀ ਬਿਲਕੁਲ ਧਿਆਨ 'ਚ ਹੈ ਬੈਲੈਂਸ ਹੋ ਕੇ ਬੈਠਾ ਹੈ ਕੋਈ ਵੀ ਚੀਜ਼ ਹੈ ਬੈਠਣਾ ਹੈ ਖਾਣਾ ਹੈ ਹਰ ਇੱਕ ਚੀਜ਼ ਭਾਜੀ ਸੰਤੁਲਨ 'ਚ ਹੈ ਹਾਂ ਇਹ ਮਾਈਕ ਥੋੜ੍ਹਾ ਜਿਹਾ ਸੰਭਾਲ ਲਓ ਹਾਂਜੀ ਹਾਂਜੀ ਇਹ ਸੰਤੁਲਨ 'ਚ ਹੈ ਜੇ ਤੁਸੀਂ ਸੰਤੁਲਨ ਤੋਂ ਵੱਖਰੇ ਹੋ ਗਏ ਹਾਂ ਤੇ ਫਿਰ ਉਹ ਚੱਲੂ ਫਿਰ ਨਹੀਂ ਸੰਤੁਲਨ ਤੇ ਇੱਕ ਮੈਨੂੰ ਉਹਨੇ ਹੋਰ ਦੱਸਿਆ ਸੀ ਸਵੈਮਾਨ ਨੇ ਜੀ ਕਹਿੰਦੇ ਜੇ ਤੁਸੀਂ ਐਂ ਬਹਿੰਦੇ ਹੋ ਜੀ ਤਾਂ ਤੁਹਾਡੇ ਉਹ ਜੁੜੀਆਂ ਕਾਲੇ ਰੰਗ ਦੀਆਂ ਨੜਾਂ ਨਹੀਂ ਉੱਠ ਕੱਢਦੀਆਂ ਜਾਂ ਉਹ ਕਈਆਂ ਦੇ ਹੁੰਦੇ ਵੱਡੀਆਂ ਵੱਡੀਆਂ ਨੜਾਂ ਹੀ ਉੱਠ ਕੱਢਦੀਆਂ ਦਿਖਦੀਆਂ ਨੇ ਇੱਥੇ ਕਈਆਂ ਦੇ ਕੀ ਹੁੰਦਾ ਵੈਰੀ ਗੋਸ ਕੇ ਕੀ ਕੁਛ ਇਹ ਜਾ ਮੈਂ ਗਲਤ ਕਹਿ ਰਿਹਾ ਹਾਂ ਜੀ ਜੀ ਉਹ ਨੜਾ ਹੀ ਉੱਠ ਉਹ ਅੰਗਰੇਜ਼ੀ ਨਾਮ ਕਾਫੀ ਆਈਡੈਂਟੀਫਾਈ ਕਰਦੇ ਹੁੰਦੇ ਆ ਔਖੜੀ ਆ ਪਰ ਮੈਂ ਤਾਂ ਨਾ ਹੀ ਨਹੀਂ ਰਹਿੰਦਾ ਮੈਂ ਗਾਣਾ ਅੰਗੇ ਜੋ ਚੁੱਪ ਕਰਕੇ ਜਾਣਾ ਨਹੀਂ ਆਪਾਂ ਪੜਨਾ ਕਿਹੜੇ ਥਾਂ ਦੇ ਪਤਾ ਆਪਾਂ ਹਾਰਾਂਗੇ ਫਿਰ ਪ੍ਰੈਸ਼ਰ ਵੱਧ ਜਾਂਦਾ ਨਾ ਭਾਜੀ ਉਹੀ ਗੱਲ ਮੈਨੂੰ ਦੱਸਿਆ ਜਦੋਂ ਆਪਾਂ ਉਹਨੂੰ ਸਰੀਰ ਨੂੰ ਤਣਤਾ ਹੋਣਾ ਪ੍ਰੈਸ਼ਰ ਵੱਧ ਗਿਆ ਜਦੋਂ ਉਹਨੂੰ ਖਿੱਚਤਾ ਮਤਲਬ ਕਿ ਆਹ ਚੀਜ਼ ਜਿਹੜੀ ਇਹਨੂੰ ਸਿਰ ਰੱਖਣਾ ਇੱਥੇ ਇਹਨਾਂ ਨੂੰ ਇੱਦਾਂ ਲੱਤਾਂ ਨਹੀਂ ਚੜ੍ਹਾਉਣੀਆਂ ਕਿਉਂਕਿ ਜਿਹੜੇ ਆਪਣੇ ਔਰਗਨਸ ਨੇ ਉਹ ਆਪਣੇ ਵਿੱਚ ਪੀਚੇ ਜਾਂਦੇ ਨੇ ਸਿੱਧੀ ਭਾਸ਼ਾ 'ਚ ਕਹਿ ਲਓ ਵੀ ਕੁੱਟੇ ਜਾਂਦੇ ਨੇ ਅਤੇ ਮਾਈਆਂ ਦੇ ਇਹ ਨਹੀਂ ਹੁੰਦਾ ਇਸ ਲਈ ਇਹਨਾਂ ਦੀ ਮੁਦਰਾ ਹੈ ਮਾਈਆਂ ਦੀ ਮਾਈਆਂ ਦੀ ਮੁਦਰਾ ਹੈ ਆਪਣੀ ਮੁਦਰਾ ਨਹੀਂ ਕੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਇੰਨੇ ਔਖੇ ਟੌਪਿਕ ਤੇ ਅਸੀਂ ਬਹੁਤ ਸੰਭਾਲ ਕੇ ਗਾਬਾ ਜੀ ਹਾਂ ਵੀ ਗੱਲ ਬੜੀ ਉਹ ਸੰਕੋਚ ਕੇ ਕਰਨੀ ਪੈਂਦੀ ਆ ਕਿਉਂਕਿ ਸਾਡੇ ਪੁਰਾਣੇ ਸਿੰਘ ਦੱਸਦੇ ਹੁੰਦੇ ਸੀ ਵੀ ਉਹ ਬਾਣੀ ਦੀ ਇੱਕ ਪੰਕਤੀ ਵਰਤਦੇ ਹੁੰਦੇ ਸੀ ਉਹ ਕਈ ਅਰਥ ਹੋ ਜਾਂਦੇ ਨੇ ਬਾਣੀ ਦੀ ਪੰਕਤੀ ਤੇ ਪਰ ਬਜ਼ੁਰਗ ਸਾਨੂੰ ਇਹ ਕਹਿੰਦੇ ਨੇ ਵੀ ਜਾਚਕ ਨੇਕ ਸੋ ਇੱਕ ਦਵਈਆ
ਮਹਾਰਾਜ ਕਹਿੰਦੇ ਵੀ ਜੱਜ ਦੁਨੀਆ ਸਾਰੀ ਕਹਿੰਦੀਆਂ ਨੂੰ ਦੱਸ ਦੋ, ਪਰ ਕਹਿੰਦੇ ਹਿਸਾਬ ਜੇ ਨਾਲ ਕੁਝ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਸਭਾ ਦੀਆਂ ਹੁੰਦੀਆਂ ਉਹ ਖਿਲਾਰੇ ਦੀਆਂ ਨਹੀਂ ਹੁੰਦੀਆਂ, ਵੀ ਕੁਛ ਗੱਲਾਂ ਤੁਸੀਂ ਇੱਕ ਚਾਰ ਜਾਣੇ ਸਭਾ ਚ ਕਰ ਸਕਦੇ ਹੋ, ਵੱਡੇ ਪੰਡਾਲ ਚ ਨਹੀਂ ਕਰ ਸਕਦੇ, ਹਨਾ? ਇਹ ਹੁੰਦਾ ਇਹ ਚੀਜ਼, ਬਾਕੀ ਹੋਰ ਡਿਟੇਲ ਚ ਸਮਝਣਾ ਤਾਂ ਬਾਬਾ ਜੀ ਕੋਲੇ ਇੱਥੇ ਤੁਸੀਂ ਸੁਲਤਾਨਪੁਰ ਆ ਸਕਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜਾਉਂਦੇ ਵਸਦੇ ਰਹੋ। ਮੈਂ ਤਾਂ ਇਹ ਸੀ ਵੀ ਜਿਹੜੀ ਗੱਲ ਮੈਨੂੰ ਪਤਾ ਲੱਗੀ ਚਲੋ ਮੈਂ ਤੁਹਾਨੂੰ ਜ਼ਰੂਰ ਦੱਸਾਂ, ਤੇ ਸੀਰੀਅਸ ਇਹ ਗੱਲ ਹਾਂਜੀ ਨਿਸ਼ਦ ਹਾਸੀ ਵਾਲੀ ਨੀ ਭਰਾਵੋ, ਵੀ ਆਪਣਾ ਜਿਹੜਾ ਵੀ ਆਪਣਾ ਜਿਹੜੀ ਖੂਬਸੂਰਤੀ ਆ ਮਰਦ ਦੀ, ਮਰਦ ਹੋਣਾ ਖੂਬਸੂਰਤੀ ਆ, ਉਹਨੂੰ ਬਰਕਰਾਰ ਰੱਖਣਾ ਅੱਜ ਦੇ ਨੌਜਵਾਨ। ਹਾਂ ਵੀ ਮੁੜ ਕੇ IVF ਸੈਂਟਰਾਂ ਚ ਤੁਰੇ ਫਿਰੋਗੇ ਉਹਦੇ ਨੂੰ ਤਾਂ ਚੰਗਾ ਵੀ ਪਹਿਲਾਂ ਬੰਦੇ ਵਾਂਗੂ ਹੀ ਬਹਿ ਜਾਓ, ਬੰਦੇ ਵਾਂਗੂ ਬਹਿ ਜਾਓ ਭਾਜੀ, ਜਦੋਂ ਬੰਦੇ ਵਾਂਗੂ ਬੰਦਾ ਬਹਿ ਗਿਆ ਅੱਧੀ ਚੀਜ਼ ਉਦਾਂ ਹੀ ਕਵਰ ਹੋ ਜਾਂਦੀ ਬੰਦੇ ਦੀ, ਮਾਨਸਿਕ ਕਹਿੰਦੇ ਵੀ ਨਾ, ਉਹ ਕਹਿੰਦੇ ਵੀ ਅੱਧੀ ਬਿਮਾਰੀ ਤਾਂ ਬੰਦੇ ਦਿਮਾਗ ਚ ਹੈ, ਜਦੋਂ ਬੰਦਾ ਦਿਮਾਗੋਂ ਹੋ ਗਿਆ ਕਹਿਣ ਵੀ ਨਹੀਂ ਕੋਈ ਨਾ ਲੜ ਲਾਂਗੇ ਜਾਂ ਕਰ ਲਾਂਗੇ ਸਹੀ। ਮੈਨੂੰ ਬਾਬਾ ਜੀ ਤੁਹਾਡੀ ਗੱਲ ਇਸ ਲਈ ਵੱਧ ਵੈਲਿਡ ਲੱਗਦੀ ਆ, ਜਿਵੇਂ ਮੈਂ ਆਹ ਬੂਟ ਪਾਉਣਾ ਜੀ, ਮੈਨੂੰ ਹਮੇਸ਼ਾ ਜਿਹੜੇ ਮੇਰੇ ਦੋਸਤ ਸਪੋਰਟਸ ਵਾਲੇ ਬੂਟ ਪਾਉਂਦੇ ਆ ਹਨਾ, ਮੈਂ ਕਹਿੰਦਾ ਵੀ ਠੀਕ ਆ ਭੱਜਣ ਭੁੱਜਣ ਵੇਲੇ ਜਦੋਂ ਤੁਸੀਂ ਗਰਾਊਂਡ 'ਚ ਜਾਣਾ ਪਾ ਲਓ ਇੱਕ ਟਾਈਮ, ਹਾਂ, ਪਰ ਨੋਰਮਲ ਜ਼ਿੰਦਗੀ ਦੇ ਵਿੱਚ ਸਪੋਰਟਸ ਵਾਲੇ ਨਾ ਪਾਓ। ਮੈਂ ਮੈਨੂੰ ਲੱਗਦਾ ਯਾਰ ਇਹ ਤੋਰ ਨਹੀਂ ਬਣਾਉਂਦੇ ਬੰਦੇ ਦੀ, ਬੰਦਿਆਂ ਵਾਲੀ ਕੰਫਰਟੇਬਲ ਜ਼ਿਆਦੇ ਨੇ, ਜ਼ਿਆਦਾ ਕੰਫਰਟੇਬਲ, ਜ਼ਿਆਦਾ ਕੰਫਰਟੇਬਲ, ਅਨਕੰਫਰਟੇਬਲ ਵੀ ਹੋਣਾ ਚਾਹੀਦਾ ਚਾਹੀਦਾ ਬੰਦੇ ਨੂੰ, ਔਰ ਤੁਹਾਡੀ ਤੋਰ ਦੇ ਵਿੱਚ ਯਾਰ ਗਰਾਊਂਡ ਲੈਵਲ ਤੇ, ਵੀ ਉਹ ਕਹਿੰਦੇ ਵੀ ਗਰਾਊਂਡ ਲੈਵਲ ਤੇ ਵੀ ਉਹ ਜਿਹੜਾ ਥੋੜਾ ਕਿ ਤੁਹਾਡੇ 'ਚ ਉਹ ਚਾਹੀਦਾ ਹੈ ਕਿ ਲੜਨਾ ਹੈ ਵੀ ਹਾਲਾਤਾਂ ਦੇ ਨਾਲ, ਵੀ ਤੁਹਾਡੀ ਤੋਰ ਘੱਟੋ ਘੱਟ ਹੈ। ਮੈਂ ਕਹਿੰਦਾ ਚਲੋ ਨਾ ਗੱਗੂ ਗਿੱਲ ਦੇ ਨੇੜੇ ਹੋਵੇ ਪਰ 50% ਦਾ ਹੋਵੇ ਨਾ ਵੀ, ਹਾਂ ਵੀ ਆਪਣੇ ਪੁਰਾਣੇ ਸਿੰਘਾਂ ਕੀ ਹੋਵੇ ਜਾਂ ਆਪਣੀਆਂ ਜਿਹੜੀਆਂ ਜੱਗੇ ਦੀਆਂ ਆਪਾਂ ਗੱਲਾਂ ਸੁਣਦੇ ਹਾਂ, ਜੌਣੇ ਮੋੜ ਦੀਆਂ ਗੱਲਾਂ ਸੁਣਦੇ ਹਾਂ ਹਨਾ, ਆਪਣੇ ਪੁਰਾਣੇ ਹੋਰ ਅਣਖੀ ਬੰਦਿਆਂ ਦੀਆਂ ਗੱਲਾਂ ਸੁਣਦੇ ਹਾਂ। ਪੰਜਾਬ ਨੇ ਕਿਹੜਾ ਵੀ ਕੁਛ ਜੜਿੰਦਾ ਐਡੇ ਐਡੇ, ਹੁਣ ਵਰਲਡ ਵਾਰ ਦੇ ਵਿੱਚ ਆਪਣੇ ਕਿੰਨੇ ਸਿੰਘ ਗਏ ਨੇ ਜੀ। ਤਾਂ ਮੈਂ ਕਹਿ ਰਿਹਾ ਵੀ ਜਿਵੇਂ ਬੂਟਾਂ ਦਾ ਤੁਹਾਡੀ ਤੋਰ ਤੇ ਅਸਰ ਪਿਆ, ਹਾਂਜੀ ਤੋਰ ਤੁਹਾਡੀ ਮਾਨਸਿਕਤਾ ਤੇ ਅਸਰ ਪਾਉਂਦੀ ਹੈ ਹਨਾ, ਤੇ ਮਾਨਸਿਕਤਾ ਨਹੀਂ ਹਰ ਚੀਜ਼ ਨੂੰ ਤੋਰਨਾ, ਉਸੇ ਤਰ੍ਹਾਂ ਅਸੀਂ ਬਹਿਨੇ ਕਿਵੇਂ ਆ। ਪੁਰਾਣੇ ਬੰਦੇ ਤਾਂ ਤੋਰ ਤੋਂ ਹੀ ਦੱਸ ਦਿੰਦੇ ਨਾ, ਆਪਾਂ ਵੈਦਾਂ ਦਾ ਸੁਣਿਆ ਐਵੇਂ ਕਹਿੰਦੇ ਇਹ ਤਾਂ ਤੋਰ ਤੋਂ ਹੀ ਦੱਸ ਦੇਈਦਾ, ਉਹ ਗੱਲਾਂ ਐਂ ਨਹੀਂ ਨਿਕਲੀਆਂ, ਉਹ ਸੱਚੀ ਦੱਸ ਦਿੰਦੇ ਸੀ। ਇਹ ਤਾਂ ਹੁਣ ਆਪਾਂ ਉਹੀ ਬਣਾ ਲਏ, ਅਸੀਂ ਤਾਂ ਤੋਰ ਦੇਖ ਕੇ ਦੱਸ ਦਿੰਦੇ, ਅਸੀਂ ਨਹੀਂ ਕੋਈ ਦੱਸ ਦਿੰਦੇ, ਅੱਜ ਦਿਆਂ ਨੂੰ ਨਹੀਂ ਪਤਾ, ਪੁਰਾਣੇ ਤੋਰ ਦੇਖ ਕੇ ਦੱਸ ਦਿੰਦੇ ਸੀ ਕਿੰਨੀ ਮਾਰਦਾ। ਬੜਾ ਸੋਹਣਾ ਯਾਰ ਪੰਜਾਬ, ਨਾ ਜਾਓ ਬਾਈ ਬਣ ਕੇ ਯਾਰ ਕੈਨੇਡਾ, ਹੋਰ ਕੀ ਲੈਣਾ ਯਾਰ ਕੈਨੇਡਾ, ਸੋਹਣੇ ਇੱਥੇ ਪੱਤੇ ਆ ਦਰਖਤ ਆ ਹਨਾ, ਖੁੱਲੀਆਂ ਜ਼ਮੀਨ, ਘਰ ਦੀ ਰੋਟੀ ਆ, ਮਾਂ ਦੇ ਹੱਥ ਦੀ ਰੋਟੀ ਆ, ਫਰੈਸ਼ ਆ, ਫਰੈਸ਼ ਹਨਾ, ਤਾਜ਼ੀਆਂ ਸਬਜ਼ੀਆਂ ਫਰੂਟ ਹੈ, ਪ੍ਰੈਸਟੀਜ਼ ਨਹੀਂ, 20 ਰੁਪਏ ਕਿਲੋ, ਕਿਲੋ ਆ ਸੌਰੀ 12 ਰੁਪਏ ਕਿਲੋ ਕਿੰਨੂ ਵਿਕੀ ਜਾਂਦੇ ਆ, ਤੇ 20 ਰੁਪਏ ਲੀਟਰ ਪਾਣੀ ਵਿਕੀ, ਪਾਣੀ ਵਿਕੀ ਹਨਾ, ਤਾਂ ਠੰਡ ਚ ਕਿੰਨੂ ਦਾ ਜੂਸ ਪੀਓ ਭਰਾਵਾਂ ਨੂੰ, ਜਿਹੜੇ ਆਪਣੇ ਕਿੰਨੂ ਵਾਲੇ ਫਾਰਮਰ ਆ ਉਹਨਾਂ ਨੂੰ ਵੀ, ਉਹਨਾਂ ਨੂੰ ਸਪੋਰਟ ਕਰੋ, ਬਿਲਕੁਲ ਜੀ, ਆਪਣੇ ਬੰਦਿਆਂ ਨੂੰ, ਆਪਣੇ ਬੰਦਿਆਂ ਕੋਲ ਕੰਮ ਕਰਵਾਓ, ਬਹੁਤ ਬਹੁਤ ਧੰਨਵਾਦ ਜੀ, ਜਿਉਂਦੇ ਵਸਦੇ ਰਹੋ, ਥੈਂਕ ਯੂ।